स्वागत करता हाँ वीरा ते भैणा दा तुहाडे आप दे यूट्यूब चैनल दे उत्ते। ते अज तुहाडे लई इक नवी रिक्रूटमेंट नोटिफिकेशन लैके आया हाँ जी, जिस दे विच 697 पोस्टां निकल के आ चुकियां ने। ते 12वीं ते ग्रैजुएशन वाले इहदे लई एलीजिबल ने ते अप्लाई कर सकदे ने जी। वीडियो नूं पूरा जरूर देखियो ताकि तुहानूं पूरी जानकारी मिल सके। मैं इस वीडियो दे विच तुहानूं दस्सांगा तुसीं किद्दां अप्लाई करना है, कौन कौन अप्लाई कर सकदा है ते एलीजिबिलिटी की रहेगी। इस तो पहले अगर तुम साडे यूट्यूब चैनल पर पहली री विजिट कर रहे हो साडे चैनल नूं करो सबसक्राइब ते नाल दे नाल बैल आइकन जरूर दबा दिओ ताकि हर एक नोटिफिकेशन तुहाडे तक समय सिर पहुँच सके। हुण मैं तुहानूं लै चलदे हां जी ऑफिशियल नोटिफिकेशन ते। लेकिन उस तो पहले तुहानूं दस देना चाहना है अगर तुम साडे चैनल पर पहली बारी विजिट कर रहे हो साडे चैनल नाल सबसक्राइब कर लो, नाल दे नाल बैल आइकन जरूर दबा देना ताकि हर एक नोटिफिकेशन तुहाडे तक समय सिर पहुँच सके ते तुसीं समां रहिंदे उहनूं अप्लाई भी कर सको। तो इस तो इलावा होर भी 2 तो 3 नवीं पोस्टा जिहड़ियां ने आउट कर दित्तियां गईआं ने जिन्हां दा नोटिफिकेशन अपने चैनल पर अपडेट कर चुका, तुसीं जाके चैक करके अप्लाई कर सकते हो जी। चलो हुण तुहानूं लै चलदा जी डिटेल दे उपर। सब तो पहले इस दे विच असीं गल करदे हां ग्राम सचिव दीआं भर्तियां जिहड़ियां ने उह निकल चुकियां ने जी। इस दे विच टोटल 697 पोस्टा जिहड़ियां ने उह आउट कीतियां गईआं ने, जिस दे विच जनरल कैटागरी लई 287, एससी लई 162, BCA ਲਈ 107, BCB ਲਈ 74, EWS ਲਈ 67। ਟੋਟਲ ਅਗਰ ਅਸੀਂ ਪੋਸਟਾਂ ਦੀ ਗੱਲ ਕਰੀਏ 667 ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਇਹਦੇ ਲਈ ਤੁਸੀਂ ਜਿਹੜਾ ਔਨਲਾਈਨ ਅਪਲਾਈ ਕਰਨਾ ਹੈ ਜੀ, ਤੁਸੀਂ ਕੋਈ ਵੀ ਫਾਰਮ ਨਹੀਂ ਭਰਨਾ, ਸਿੰਪਲ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾਣਾ ਹੈ ਜਿਹੜਾ ਕਿ ਲਿੰਕ ਇੱਥੇ ਦਿੱਤਾ ਗਿਆ ਹੈ। ਇਸ ਲਿੰਕ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਪਹੁੰਚ ਜਾਓਗੇ। ਉੱਥੇ ਅਗਰ ਤੁਸੀਂ ਪਹਿਲਾਂ ਤੋਂ ਰਜਿਸਟਰ ਕੀਤਾ ਤਾਂ ਠੀਕ ਹੈ, ਨਹੀਂ ਤਾਂ ਤੁਹਾਨੂੰ ਰਜਿਸਟਰ ਕਰਨ ਤੋਂ ਬਾਅਦ ਆਪਣਾ ਯੂਜ਼ਰ ਨੇਮ ਪਾਸਵਰਡ ਫਿਲ ਕਰਕੇ ਉਸ ਤੋਂ ਬਾਅਦ ਆਪਣੀ ਡਿਟੇਲ ਫਿਲ ਕਰਨੀਆਂ ਨੇ ਜਿਹੜੀ ਕਿ ਤੁਹਾਡੀ ਪਰਸਨਲ ਡਿਟੇਲ ਹੋਣਗੀਆਂ, ਤੁਹਾਡੀ ਕੁਆਲੀਫਿਕੇਸ਼ਨ ਡਿਟੇਲ ਹੋਣਗੀਆਂ ਅਤੇ ਪਲੱਸ ਤੁਹਾਡਾ ਐਕਸਪੀਰੀਅੰਸ ਡਿਟੇਲ ਹੋਣਗੀਆਂ। ਉਹ ਫਿਲ ਕਰਨ ਤੋਂ ਬਾਅਦ ਤੁਸੀਂ ਉਹਨੂੰ ਸਬਮਿਟ ਕਰ ਦੇਣਾ ਜੀ। ਉੱਥੇ ਜਿੱਦਾਂ ਹੀ ਤੁਸੀਂ ਸਬਮਿਟ ਕਰੋਗੇ ਤੁਹਾਡਾ ਅਪਲਾਈ ਹੋ ਜਾਏਗਾ ਅਤੇ ਇਸ ਦੇ ਵਿੱਚ ਤੁਸੀਂ ਅਪਲਾਈ ਕਰ ਲੈਣਾ ਹੈ। ਤਾਂ ਤੁਸੀਂ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਇਨਫੋਰਮੇਸ਼ਨ ਦੇਣਾ ਹੈ ਜੀ ਕਿ ਐਸੈਂਸ਼ੀਅਲ ਕੁਆਲੀਫਿਕੇਸ਼ਨ ਤੁਹਾਡੀ ਕੀ ਰਹੇਗੀ। ਇਸ ਦੇ ਵਿੱਚ ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ। ਜਿਹੜੇ ਤੁਸੀਂ ਰੈਕੋਗਨਾਈਜ਼ ਯੂਨੀਵਰਸਿਟੀ ਜਾਂ ਬੋਰਡ ਤੋਂ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਇਸ ਦੇ ਵਿੱਚ ਤੁਹਾਡੀ ਮੈਟ੍ਰਿਕ ਹਿੰਦੀ ਜਾਂ ਫਿਰ ਸੰਸਕ੍ਰਿਤ ਦੇ ਨਾਲ ਤੁਸੀਂ ਕੀਤੀ ਹੋਈ ਹੈ ਜਾਂ ਇਸ ਤੋਂ ਹਾਇਰ ਸਬਜੈਕਟ ਦੇ ਨਾਲ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਦੱਸਣਾ ਚਾਹਾਂਗਾ ਏਜ ਲਿਮਿਟ ਤੁਹਾਡੀ ਕਿੰਨੀ ਰਹੇਗੀ। ਇਸ ਦੇ ਵਿੱਚ 17 ਤੋਂ 42 ਸਾਲ ਵਾਲੇ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਤੁਹਾਡੀ ਸੈਲਰੀ ਜਿਹੜੀ ਰਹੇਗੀ ਉਹ 19,900 ਤੋਂ ਲੈ ਕੇ 63,200 ਤੁਹਾਡੀ ਜਿਹੜੀ ਹੈ ਉਹ ਸੈਲਰੀ ਰਹਿਣ ਵਾਲੀ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਏਜ ਰਿਲੈਕਸੇਸ਼ਨ ਦੀ। ਇਸ ਵਿੱਚ 5 ਸਾਲ ਦਾ ਏਜ ਰਿਲੈਕਸੇਸ਼ਨ ਜਿਹੜਾ ਹੈ ਉਹ ਦਿੱਤਾ ਜਾਏਗਾ ਐਸਸੀ ਕੈਂਡੀਡੇਟ ਨੂੰ ਬੈਕਵਰਡ ਕਲਾਸ ਬੀ ਅਤੇ ਹਰਿਆਣਾ ਗਵਰਨਮੈਂਟ ਇੰਸਟਰਕਸ਼ਨ ਦੇ ਅਕੋਰਡਿੰਗਲੀ। ਉਸ ਤੋਂ ਬਾਅਦ ਗੱਲ ਕਰਦਾ 10 ਸਾਲ ਦੀ ਜਿਹੜੀ ਹੈ ਏਜ ਰਿਲੈਕਸੇਸ਼ਨ ਦਿੱਤੀ ਜਾਏਗੀ PWD ਵਾਲਿਆਂ ਨੂੰ, ਠੀਕ ਹੈ ਜੀ। ਉਸ ਤੋਂ ਬਾਅਦ ਡਿਟੇਲ ਥੋੜ੍ਹੀ ਜਿਹੀ ਲੰਬੀ ਹੈ, ਤੁਸੀਂ ਇੱਕ ਵਾਰੀ ਜ਼ਰੂਰ ਖੁਦ 'ਤੇ ਚੈੱਕ ਕਰ ਲੈਣਾ। ਮੈਂ ਇਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਜੀ। ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਤੁਹਾਡੀ ਜਿਹੜੀ ਫੀ ਹੈ ਉਹ ਕੀ ਰਹੇਗੀ। ਇਸ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਫੀ ਜਿਹੜੀ ਹੈ ਉਹ ਰਹੇਗੀ ਜੀ 100 ਰੁਪੀਸ ਜਨਰਲ ਵਾਲਿਆਂ ਲਈ, ਮੇਲ ਅਤੇ ਫੀਮੇਲ ਹਰਿਆਣਾ ਵਾਲਿਆਂ ਲਈ ਜਿਹੜੇ ਹੈਗੇ ਨੇ ਉਹਨਾਂ ਲਈ 50 ਰੁਪਏ ਰਹੇਗੀ। ਐੱਸਸੀ ਐੱਸਟੀ EWS ਕੈਂਡੀਡੇਟ ਜਿਹੜੇ ਹਰਿਆਣਾ ਦੇ ਨੇ 25 ਰੁਪਏ ਮੇਲ ਲਈ, 13 ਰੁਪਏ ਫੀਮੇਲ ਲਈ। ਉਸ ਤੋਂ ਬਾਅਦ PWD ਪਰਸਨ ਲਈ ਕੋਈ ਵੀ ਜਿਹੜਾ ਹੈ ਜਾਂ ਐਕਸਰਿਸਮੈਨ ਹਰਿਆਣਾ ਲਈ ਕੋਈ ਵੀ ਚਾਰਜਿਸ ਜਿਹੜੇ ਨੇ ਉਹ ਨਹੀਂ ਦਿੱਤੇ ਜਾਣਗੇ। ਇਹ ਪੇਮੈਂਟ ਤੁਸੀਂ ਔਨਲਾਈਨ ਪੇ ਕਰਨੀ ਹੈ ਜੀ, ਉਹ ਤੁਸੀਂ ਇੱਕ ਵਾਰੀ ਇਹਦਾ ਦੇ ਚੈੱਕ ਕਰ ਲੈਣਾ ਪੋਰਟਲ ਦੇ ਵਿੱਚ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਔਰ ਔਨਲਾਈਨ ਬੈਂਕਿੰਗ ਦੇ ਥਰੂ ਤੁਸੀਂ ਜਿਹੜਾ ਪੇ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਤੁਹਾਡੀ ਸਿਲੈਕਸ਼ਨ ਦੀ। ਇਸ ਦੇ ਵਿੱਚ ਤੁਹਾਡਾ 100 ਮਾਰਕਸ ਜਿਹੜਾ ਇਹਦਾ ਇੱਕ ਟੈਸਟ ਹੋਏਗਾ, ਮਤਲਬ ਸਭ ਤੋਂ ਪਹਿਲਾਂ ਤਾਂ ਤੁਹਾਡੇ 100 ਮਾਰਕਸ ਜਿਹੜੇ ਨੇ ਉਹ ਕੰਸੀਡਰ ਕੀਤੇ ਜਾਣਗੇ, ਜੋ ਕਿ 90 ਨੰਬਰ ਦਾ ਤੁਹਾਡਾ ਰਿਟਨ ਐਗਜ਼ਾਮ ਹੋਏਗਾ ਔਰ ਦੂਸਰਾ ਤੁਹਾਡਾ ਜਿਹੜਾ ਹੋਏਗਾ ਉਹ ਇਕਨੋਮਿਕਸ ਕ੍ਰਾਈਟੇਰੀਆ ਦੇ ਅਕੋਰਡਿੰਗਲੀ ਪਲੱਸ ਐਕਸਪੀਰੀਅੰਸ ਨੂੰ ਕਾਊਂਟ ਕਰਦੇ ਹੋਏ ਤੁਹਾਨੂੰ ਮਾਰਕਸ ਦਿੱਤੇ ਜਾਣਗੇ ਜੀ। ਰਿਟਨ ਐਗਜ਼ਾਮ ਜਿਹੜਾ ਹੋਏਗਾ ਉਸ ਦੇ ਵਿੱਚ 75% ਜਿਹੜੇ ਜਨਰਲ ਅਵੇਅਰਨੈਸ, ਰੀਜਨਿੰਗ, ਮੈਥ, ਸਾਇੰਸ, ਕੰਪਿਊਟਰ, ਇੰਗਲਿਸ਼, ਹਿੰਦੀ ਅਤੇ ਕੰਸਰਨ ਰੈਲਵੇਟ ਸਬਜੈਕਟ ਨਾਲ ਜਿਹੜੇ ਨੇ ਉਹਨਾਂ ਵਿੱਚੋਂ ਆਏਗੇ। ਔਰ 25% ਦੀ ਅਗਰ ਗੱਲ ਕਰੀਏ ਤਾਂ ਹਿਸਟਰੀ, ਕਰੰਟ ਅਫੇਅਰ, ਲਿਟਰੇਚਰ, ਜੀਓਗ੍ਰਾਫੀ, ਸਿਵਿਕਸ, ਇਨਵਾਇਰਮੈਂਟ, ਕਲਚਰ ਅਤੇ ਹਰਿਆਣਾ ਦੇ ਕਲਚਰ ਦੇ ਅਕੋਰਡਿੰਗਲੀ ਹੀ ਤੁਹਾਨੂੰ ਜਿਹੜੇ ਟੈਸਟ ਨੇ ਉਹ ਲਿੱਤੇ ਜਾਣਗੇ ਜੀ। ਇਹਦੇ ਵਿੱਚੋਂ ਕੁਆਲੀਫਾਈ ਕੈਂਡੀਡੇਟਸ ਨੂੰ ਹੀ ਸਿਲੈਕਟ ਕੀਤਾ ਜਾਏਗਾ
और थोड़े एक्सपीरियंस दे, अगर तुहानू कोई एक्सपीरियंस हैगा है तो उहदे विच तुहानू 1.05 मार्क्स जिहड़ा है वह दिता जाएगा, अगर थोड़ा 6 मंथ तो उपर एक्सपीरियंस हैगा है। तो इस दे विच तुहानू एक्सपीरियंस अगर तुहानू हैगा तो तुसीं जरूर अपना मैनशन कर सकते हो जी। तो यह नोटिफिकेशन जिहड़ा है जी हरियाणा स्टाफ सिलेक्शन कमीशन द्वारा आउट किया गया जी। ये भर्तियां 2019 च भी आईया सी, 2020 भी रीओपन हुई सीगियां, तो फाइनली लास्ट वरी जिहड़ियां ने 2021 दे विच रीओपन हुई ने। इहनू तुसीं 8 मार्च 2021 तो जिहड़ा भर सकते हो ऑनलाइन, और लास्ट डेट जिहड़ी फिल करन दी हैगी 22 मार्च 2021 है, जो कि 12 बजे तक तुसीं इहनू भर सकते हो जी। उस तो बाद लिंक जिहड़ा डिसेबल कर दिता जाएगा। लास्ट डेट जिहड़ी फी सबमिट करन दी हैगी जी 25 मार्च 2021 जिहड़ी है वो रहेगी। उस तो बाद कमीशन जिहड़ा है तुहाडा एक कॉमन रिटन एग्जाम जिहड़ा है वो लिता जाएगा, और उहदे लई जिहड़े तुहानू डेट सबको कम्यूनीकेट पहले तो ही कर दिता जाएगा जी। सो ये सीगा जी अज्ज दा नोटिफिकेशन, जिहदे विच तुसीं पंजाब रीजन तो भी इन्हां लई भर सकते हो जॉबां लई। जरूरी नहीं है पंजाब लोकेशन वालियां ही जिहड़ियां पोस्टां ने वो सिर्फ पंजाब च भरियां जाण, तुसीं बाहर भी फिल कर सकते हो। ये भी काफ़ी वधिया सैलरी जो कि 63,000 दे लागे बन्ने सैलरी तुहानू मिल सकती है। बहुत सारे कैंडिडेट अप्लाई भी करते हैं और उन्होंने सक्सेस भी मिलती है। सो तुसी भी कोशिश जरूर करो कि एक दो बारी भर के जरूर देखो, ताकि अगर थोड़े अपने एरिए कोई गल नहीं बन रही है या पोस्ट आउट नहीं हो रही है, तुसी एटलीस्ट जिहड़ियां ने बाहर वाले लिए जरूर फिल करते रहो। जब आनगियां तब तुसी भी भर लेना, कोई दिक्कत नहीं है जी, मैं तुहानू अपडेट देता रहूँगा। ये सी जी अज की, हुण असीं तुहानू मिलांगे नवे नोटिफिकेशन के नाल नवी वीडियो के विच। तद तक के लिए धन्यवाद जी।